ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਰ ਉਜਵਲ ਦੇ ਵੱਲੋਂ ਸਾਰੇ ਜ਼ਿਲ੍ਹੇ ਦੇ ਅਧਿਕਾਰੀਆਂ ਤੇ ਸਕੂਲੀ ਬੱਚਿਆਂ ਦੇ ਨਾਲ ਮਿਲ ਕੇ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਚੇਤਨਾ ਰੈਲੀ ਕੱਢੀ ਗਈ ਅਤੇ ਪੈਦਲ ਯਾਤਰਾ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਬੋਲਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਬੱਚਿਆਂ ਨੂੰ ਮਹਾਤਮਾ ਗਾਂਧੀ ਜੀ ਦੇ ਜੀਵਨ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਸਾਰੇ ਬੱਚੇ ਮਹਾਤਮਾ ਗਾਂਧੀ ਜੀ ਦੇ ਜੀਵਨ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਸਹੀ ਮਾਰਗ ਤੇ ਚੱਲਣ ਦੇ ਲਈ ਪ੍ਰੇਰਿਤ ਕਰ ਰਹੇ ਨੇ। ਉਹਨਾਂ ਨੇ ਲੋਕਾਂ ਨੂੰ ਇਸ ਮੌਕੇ ਤੇ ਅਪੀਲ ਵੀ ਕੀਤੀ ਕਿ ਉਹ ਪਲਾਸਟਿਕ ਦੇ ਲਿਫਾਫੇ ਅਤੇ ਪਲਾਸਟਿਕ ਦੇ ਬਣੀਆਂ ਚੀਜ਼ਾਂ ਦਾ ਇਸਤੇਮਾਲ ਨਾ ਕਰਨ। ਅੱਜ ਤਾਂ ਜੀ ਸਾਰਿਆਂ ਨੂੰ ਪਤਾ ਹੈ ਕਿ ਪੂਰੇ ਭਾਰਤ ਵਰਸ਼ 'ਚ ਆਪਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ 150ਵੀਂ ਜਯੰਤੀ ਸੈਲੀਬ੍ਰੇਟ ਕਰ ਰਹੇ ਨੇ। ਉਹਦੇ ਚੱਲਦੇ ਹੋਏ ਪੂਰੇ ਪੰਜਾਬ ਸੂਬੇ ਔਰ ਇੰਡੀਆ 'ਚ ਵੀ ਵੱਖਰੇ ਵੱਖਰੇ ਪ੍ਰੋਗਰਾਮ ਅੱਜ ਆਯੋਜਿਤ ਕੀਤੇ ਜਾ ਰਹੇ ਨੇ। ਉਹਦੀ ਲੜੀ 'ਚ ਪਹਿਲਾਂ ਆਪਾਂ ਇੱਥੇ ਤੋਂ 20 ਮਾਰਚ ਸ਼ੁਰੂ ਕੀਤਾ ਹੈ। ਲਗਭਗ 2000 ਬੱਚੇ ਤੋਂ ਵੱਧ ਆਪਣੇ ਕੋਲ ਅੱਜ ਆਏ ਨੇ, ਜਿਹੜਾ ਇਸ 20 ਮਾਰਚ ਹਿੱਸਾ ਲੈ ਰਹੇ ਨੇ। ਆਪਾਂ ਇੱਥੇ 20 ਮਾਰਚ ਕਰਕੇ ਲੋਕਾਂ ਨੂੰ ਜਿਹੜਾ ਉਹਨਾਂ ਦਾ ਮਹਾਤਮਾ ਗਾਂਧੀ ਜੀ ਦਾ ਸੰਦੇਸ਼ ਸੀਗਾ ਸ਼ਾਂਤੀ ਦਾ, ਉਹ ਅੱਜ ਆਪਾਂ ਦੇਣਾ ਚਾਹੁੰਦੇ ਹਾਂ। ਇਸ ਤੋਂ ਇਲਾਵਾ ਪਿੰਡਾਂ 'ਚ ਆਪਾਂ ਪਲਾਸਟਿਕ ਦੇ ਖਿਲਾਫ਼ ਮੁਹਿੰਮ ਜਿਹੜੀ ਪੂਰੇ ਨੈਸ਼ਨਲ ਲੈਵਲ 'ਤੇ ਸ਼ੁਰੂ ਹੋਈ ਹੈ, ਉਹਦਾ ਵੀ ਆਪਾਂ ਪੂਰੇ ਪੰਜਾਬ ਦੇ ਪਿੰਡਾਂ 'ਚ ਆਪਾਂ ਵਾਕ ਕਰਕੇ ਅਤੇ ਜਿਹੜਾ ਕਚਰਾ ਆਮ ਜਨਤਾ ਦੀ ਮਦਦ ਨਾਲ ਕਮਿਊਨਿਟੀ ਪਾਰਟੀਸਪੇਸ਼ਨ ਦੇ ਨਾਲ ਸਫਾਈ ਕਰਨਾ ਅਤੇ ਲੋਕਾਂ ਨੂੰ ਇਹ ਸ਼ਪਥ ਦਿਲਾਉਣਾ ਕਿ ਅੱਗੇ ਤੋਂ ਜਿਹੜੀ ਪਲਾਸਟਿਕ ਹੈ ਉਹਦੀ ਜਿਹੜੀ ਉਹ ਦੁਰਵਰਤੋਂ ਉਹਦਾ ਯੂਜ਼ ਉਹ ਨਹੀਂ ਕਰਨਗੇ, ਉਹਨੂੰ ਘਟਾਉਣਗੇ ਤਾਂ ਕਿ ਆਪਣਾ ਇਨਵਾਇਰਮੈਂਟ ਅਤੇ ਹੈਲਥ ਸਹੀ ਰਹੇ। ਇਸ ਤੋਂ ਇਲਾਵਾ ਪਿੰਡਾਂ ਲੈਵਲ 'ਤੇ ਆਪਾਂ ਗ੍ਰਾਮ ਸਭਾਵਾਂ ਦਾ ਵੀ ਆਯੋਜਨ ਕਰ ਰਹੇ ਨੇ, ਸਾਥ ਮੇਂ ਮਹਾਤਮਾ ਗਾਂਧੀ ਸਰਬੱਤ ਦਾ ਵਿਕਾਸ ਕੈਂਪ ਵੀ ਸਬ ਡਿਵੀਜ਼ਨ ਪੱਧਰ 'ਤੇ ਲੱਗ ਰਹੇ ਨੇ ਪੂਰੇ ਪੰਜਾਬ। ਇਸ ਤਰ੍ਹਾਂ ਦੇ ਵੱਖਰੇ ਵੱਖਰੇ ਪ੍ਰੋਗਰਾਮ ਅੱਜ ਆਪਾਂ ਜਿਹੜਾ ਬਾਪੂ ਨੂੰ ਯਾਦ ਕਰਨ ਦੇ ਲਈ ਆਪਾਂ ਕਰ ਰਹੇ ਨੇ ਅਤੇ ਸੱਚੀ ਸ਼ਰਧਾਂਜਲੀ ਆਪਣੀ ਉਹਨਾਂ ਨੂੰ ਇਹੀ ਹੋਊਗੀ ਕਿ ਜਿਹੜੀ ਸਿੱਖਿਆਵਾਂ ਉਹਨਾਂ ਨੇ ਆਪਾਂ ਨੂੰ ਦਿੱਤੀ ਹੈ ਉਹਨਾਂ 'ਤੇ ਆਪਾਂ ਚੱਲੀਏ। ਜਿਹੜਾ ਦੇਸ਼ ਦਾ ਸੁਪਨਾ, ਜਿਹੜਾ ਸਮਾਜ ਦਾ ਸੁਪਨਾ ਉਹਨਾਂ ਨੇ ਸੋਚਿਆ ਸੀਗਾ, ਜਿੱਥੇ ਸਾਰੇ ਭਾਈਚਾਰਕ ਸਾਂਝ ਹੋਣ, ਸ਼ਾਂਤੀ ਹੋਣ ਅਤੇ ਲੋਕ ਸਾਰੇ ਅੱਗੇ ਵਧਣ, ਉਹ ਦੇਸ਼ ਦਾ ਸੁਪਨਾ ਆਪਾਂ ਮਿਲ ਕੇ ਪੂਰਾ ਕਰ ਪਾਏ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ ਟੀਵੀ, NRI।